ਹਾਂਜੀ ਬੇਟਾ, ਤੁਹਾਨੂੰ ਕਹਾਣੀ ਵਿੱਚ ਕੀ ਵਧੀਆ ਲੱਗਿਆ? ਸੁਪਰਮੈਨ ਪੜ੍ਹ ਰਿਹਾ ਕਹਾਣੀ ਨੂੰ, ਵੈਰੀ ਗੁੱਡ। ਹੋਰ ਜੀ, ਇਧਰੋਂ ਵੀ ਕਿਸੇ ਨੇ ਦੱਸਿਆ ਸੀ? ਤੁਸੀਂ ਕਿੱਥੇ ਚਲੇ ਗਏ ਸੀਗੇ? ਠੀਕ ਆ ਜੀ, ਤੂੰ ਅੰਸ਼, ਤੁਸੀਂ ਦੱਸੋ। ਮਜ਼ੇ ਨਾਲ ਸੁਣ, ਵੈਰੀ ਗੁੱਡ। ਹੋਰ ਜੀ, ਠੀਕ ਹੈ ਜੀ, ਕਹਾਣੀ ਸੁਣਾਈ ਮੈਂ ਜਿਸ ਢੰਗ ਨਾਲ, ਮੈਂ ਢੰਗ ਬਦਲਦੀ ਹਾਂ ਨਹੀਂ, ਤੁਹਾਨੂੰ ਪਤਾ ਹੀ ਆ, ਡੇਲੀ ਆਪਾਂ ਕਿੰਨੇ ਕਿੰਨੇ ਢੰਗ ਬਦਲਦੇ ਹਾਂ ਨਾ, ਬਦਲਦੇ ਹਾਂ ਨਾ ਰੋਜ਼, ਇੱਕੋ ਢੰਗ ਨਾਲ ਮੈਂ ਕਹਾਣੀ ਵੀ ਨਹੀਂ ਸੁਣਾਉਂਦੀ ਤੁਹਾਨੂੰ। ਠੀਕ ਹੈ ਜੀ, ਇਹ 'ਚ ਮੈਂ ਤੁਹਾਡੀ ਸੁਸਤੀ ਲਾਉਣਾ ਚਾਹੁੰਦੀ ਸੀ। ਠੀਕ ਹੈ, ਤੁਸੀਂ ਖੁੱਭ ਕੇ ਕਹਾਣੀ ਸੁਣੀ ਆ, ਦਿਲ ਵਿੱਚ, ਦਿਲੋਂ ਤੁਹਾਡਾ ਦਿਮਾਗ ਕਹਾਣੀ ਦੇ ਵਿੱਚ ਇਮੈਜੀਨੇਸ਼ਨ ਵਿੱਚ ਵੀ ਗਿਆ ਹੋਣਾ, ਚਿੜੀ ਨਜ਼ਰ ਆਈ ਹੋਣੀ ਆ, ਪਤੰਗ ਨਜ਼ਰ ਆਇਆ ਹੋਣਾ, ਖਰਗੋਸ਼ ਦੀ ਸ਼ਕਲ ਨਜ਼ਰ ਆਈ ਹੋਣੀ ਆ, ਸੋਚਾਂ ਵਿੱਚ ਆਈ ਹੈ ਕਿ ਨਹੀਂ, ਤੇ ਤੁਹਾਨੂੰ ਚੰਗਾ ਲੱਗਾ ਹੋਣਾ ਆ। ਠੀਕ ਆ ਜੀ, ਸਾਰੇ ਇੱਦਾਂ ਹੀ ਕਹਾਣੀ ਸੁਣਿਆ ਵੀ ਕਰੋ, ਤੇ ਪੜਿਆ ਵੀ ਕਰੋ, ਤੇ ਸੁਣਾਇਆ ਵੀ ਕਰੋ। ਠੀਕ ਹੈ ਬੱਚਿਓ, ਵੈਰੀ ਗੁੱਡ, ਪਿਆਰੇ ਬੱਚਿਓ, ਇੱਦਾਂ ਹੀ ਸੁਣਨੀ ਆ।